ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਥੱਲੇ ਥੱਲੇ ਰੱਖੋ ਮਾੜਾ ਜਿਹਾ, ਕੋਈ ਗੱਲ ਨਹੀਂ, ਮੈਂ ਕਿਹੜਾ ਦੂਰ ਕਿਤੇ ਜਾਣ ਡਿਆ। ਥੱਲੇ ਸਰ ਕੀ ਮਾਮਲਾ ਵਾ, ਜਨਕਪੁਰੀ ਕੋਈ ਕਿਡਨੈਪਿੰਗ ਦੀ ਗੱਲ ਸਾਹਮਣੇ ਆ ਰਹੀ ਹੈ, ਕੀ ਮਾਮਲਾ ਵੀਰੇ ਜੀ? ਇਹ ਕੋਈ ਕਿਡਨੈਪਿੰਗ ਦਾ ਅਲਰਟ ਨਹੀਂ, ਕਿਡਨੈਪਿੰਗ ਦਾ ਮਸਲਾ ਅਜੇ ਤੱਕ ਤੇ ਨਹੀਂ ਸਾਡੇ ਸਾਹਮਣੇ ਆਇਆ ਕੋਈ ਗੱਲ ਇਸ ਤਰ੍ਹਾਂ ਦੀ। ਜੀ ਜੀ, ਕੋਈ ਸਰਜੀਤ ਦਿਨਕਰ ਪਾਟਲ ਨਾਂ ਦਾ ਬੰਦਾ ਹੈ ਜੀ, ਠੀਕ। ਤੇ ਉਹ ਬੰਦਾ ਦੁਕਾਨ ਨੰਬਰ 9 ਆਲੂ ਵਾਲੀਆ ਕੰਪਲੈਕਸ ਜੀ ਦੇ ਵਿੱਚ ਉਹਦੀ ਸ਼ੌਪ ਆ, ਕੱਪੜੇ ਦਾ ਕਾਰੋਬਾਰ ਕਰਦਾ, ਗਾਰਮੈਂਟਸ ਦਾ, ਠੀਕ ਹੈ ਜੀ। ਇਹ 4-5 ਮਹੀਨੇ ਤੋਂ ਹੀ ਮੇਰਾ ਖਿਆਲ ਦੱਸਿਆ ਗੁਜਰਾਤ ਤੋਂ ਆਏ ਨੇ, ਠੀਕ ਹੈ ਸਰ। ਅਤੇ ਅਜੇ ਤੱਕ ਇਹ ਰਹਿੰਦਾ ਵੀ ਪੀ ਜੀ 'ਤੇ ਇਕੱਲਾ ਹੀ ਹੈ ਇੱਥੇ, ਠੀਕ ਹੈ ਜੀ। ਜਿਹੜੀ ਅਜੇ ਤੱਕ ਸਾਡੇ ਸਾਹਮਣੇ ਪ੍ਰਾਈਮਾ ਫੇਸੀ ਜਿਹੜੀ ਗੱਲ ਆ ਰਹੀ ਹੈ ਉਹ ਇਹੀ ਆ ਰਹੀ ਹੈ ਕਿ ਇਹਨਾਂ ਦਾ ਉੱਥੋਂ ਤਾਂ ਆਇਆ ਕੋਈ ਪਾਰਟੀ ਨਾਲ ਲੈਣ ਦੇਣਾ ਪੈਸਿਆਂ ਦਾ, ਠੀਕ ਹੈ ਜੀ। ਅਤੇ ਕਿਉਂਕਿ ਇਹਨਾਂ ਦੇ ਘਰ ਦੇ ਵੀ ਇੱਥੇ ਨਹੀਂ ਰਹਿੰਦੇ, ਉਹ ਸੰਪਰਕ ਉਹਨਾਂ ਨਾਲ ਅਸੀਂ ਕਰ ਰਹੇ ਹਾਂ ਜੀ ਸਰ। ਅਤੇ ਮੇਨ ਜਿਹੜੀ ਗੱਲ ਇਹੀ ਆ ਰਹੀ ਆ ਕਿ ਉਹ ਪਾਰਟੀ ਜਿਹੜੀ ਆ ਉਹ ਬੰਦੇ ਫਿਰ ਇਹਨੂੰ ਧੱਕੇ ਨਾਲ ਲੈ ਗਏ ਨੇ, ਲੱਭਦੇ ਲਭਾਉਂਦੇ ਇੱਥੇ ਬੰਦੇ। ਹਾਂਜੀ ਹਾਂਜੀ, ਬਾਕੀ ਕਿਡਨੈਪਿੰਗ ਵਾਲੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਉਹ ਕਰ ਰਹੇ ਹਾਂ ਜੀ, ਕਰ ਰਹੇ ਹਾਂ, ਟੀਮਾਂ ਲਾਈਆਂ, ਟੀਮਾਂ ਵੱਖ ਵੱਖ ਬਣਾ ਕੇ ਅਸੀਂ ਲਾਈਆਂ ਅਤੇ ਨਾਕਾਬੰਦੀ ਸਾਰੇ ਕਰਾਈ ਆ ਲੁਧਿਆਣੇ ਦੇ ਵਿੱਚ, ਅਤੇ ਜਲਦੀ ਕਰ ਲਵਾਂਗੇ ਟਰੇਸ। ਕਿਹੜੀ ਗੱਡੀ ਸੀ ਜਿੱਥੇ ਗਿਆ? ਗੱਡੀ ਦਾ ਨੰਬਰ PB10JT 9393 ਅਜੇ ਕੁਛ ਵੀ ਨਹੀਂ ਕਿਹਾ ਜਾ ਸਕਦਾ ਜੀ, ਇਸ ਤਰ੍ਹਾਂ ਦੇ ਆਪਣੇ ਕਿਆਸ ਹੀ ਆ ਜਿਹੜੇ ਲਾਏ ਜਾ ਸਕਦੇ ਆ, ਬਾਕੀ ਵੈਰੀਫਾਈ ਕਰ ਰਹੇ ਹਾਂ। ਉਹਨੂੰ ਵੀ ਜ਼ਿਆਦਾ ਨਹੀਂ ਪਤਾ ਜੀ, ਉਹ ਤਾਂ ਸਿਰਫ ਅਕਾਊਂਟ ਦਾ ਕੰਮ ਕਰਦਾ ਇੱਥੇ, ਉਹ ਵੀ ਦੱਸਣ ਹੀ ਆਇਆ ਸੀ CA ਸਾਹਿਬ ਕੋਈ ਇੱਥੇ ਭਰਾਉਣ ਆਏ ਨੇ ਟੈਕਸ ਦਾ, GST ਦਾ। ਸਰ ਗੱਡੀ ਨੰਬਰ ਲੁਧਿਆਣੇ ਦੀ, ਉਹਦੇ ਵੈਰੀਫਾਈ ਨਹੀਂ, ਉਹ ਨੰਬਰ ਨਹੀਂ ਅਜੇ ਟਰੇਸ ਹੋ ਰਿਹਾ, ਕਰ ਰਹੇ ਹਾਂ, ਉਹ ਨੰਬਰ ਨਾਟ ਫੋਨ ਆਉਗਾ। ਕਿੰਨੇ ਕੁ ਬੰਦੇ ਦੀ ਪਤਾ ਲੱਗਿਆ? ਇਹ 3-4 ਤੋਂ 5 ਬੰਦੇ, 4 ਤੋਂ 5 ਬੰਦੇ ਕਹੇ ਜਾ ਸਕਦੇ, ਠੀਕ ਹੈ। ਹਾਂਜੀ, ਥੈਂਕ ਯੂ।